ਦੋਸਤੋ ਬੀਜੇਪੀ ਸਰਕਾਰ ਦੇ ਸੱਤਾ 'ਚ ਆਉਣ ਤੋਂ ਬਾਅਦ ਸਿੱਖਿਆ ਦੇ ਵਿੱਚ ਕਈ ਤਰ੍ਹਾਂ ਦੇ ਹਮਲੇ ਹੋ ਰਹੇ ਹਨ ਅਤੇ ਉਹਨਾਂ ਦੇ ਵਿੱਚੋਂ ਇੱਕ ਤਾਂ ਸਾਫ਼ ਹੈ ਕਿ ਸਿੱਖਿਆ ਨੂੰ ਨਿੱਜੀਕਰਨ ਕਰਨਾ, ਸਿੱਖਿਆ ਦਾ ਫੀਸਾਂ ਦੇ ਵਿੱਚ ਵਾਧਾ ਹੋਣਾ, ਯੂਨੀਵਰਸਿਟੀਆਂ ਨੂੰ ਫੰਡ ਨਹੀਂ ਦੇਣੇ, ਅਤੇ ਉਹਦੇ ਨਾਲ ਨਾਲ ਜਿਹੜਾ ਇੱਕ ਸਬਜੈਕਟਾਂ ਦੇ ਅੰਦਰ ਵਿਸ਼ਿਆਂ ਦੇ ਅੰਦਰ ਭਗਵੇ ਕਰਨ ਦੀ ਜਿਹੜੀ ਰੀਤ ਆ ਉਹ ਜਦੋਂ ਵੀ ਬੀਜੇਪੀ ਸਰਕਾਰ ਆਉਂਦੀ ਆ ਉਹ ਹਰ ਵਾਰ ਕਰਦੇ ਨੇ ਅਤੇ ਇਸ ਵਾਰ ਵੀ ਜ਼ੋਰ ਸ਼ੋਰ ਨਾਲ ਉਹ ਕੀਤਾ ਜਾ ਰਿਹਾ। ਭਗਵਾ ਕਰਨ ਉਹ ਕਿ ਤੁਸੀਂ ਰਿਸਰਚ ਕਰੋਗੇ ਤਾਂ ਰਿਸਰਚ ਦੇ ਅੰਦਰ ਕਿਹੜੇ ਟੌਪਿਕ ਲੈ ਸਕਦੇ ਹੋ, ਉਦੋਂ ਤੋਂ ਲੈ ਕੇ ਤੁਸੀਂ ਸਿਰਫ ਸਵੱਛ ਭਾਰਤ ਦੇ ਉੱਤੇ, ਯੋਗੇ ਦੇ ਉੱਤੇ ਤੁਹਾਨੂੰ ਬਹੁਤ ਪ੍ਰੋਜੈਕਟ ਮਿਲ ਜਾਣਗੇ, ਪਰ ਤੁਸੀਂ ਆਪਦੀ ਮਰਜ਼ੀ ਨਾਲ ਕੋਈ ਪ੍ਰੋਜੈਕਟ ਲੈਣਾ ਚਾਹੋਗੇ। ਜੇ ਸਾਇੰਸ ਡਿਪਾਰਟਮੈਂਟਾਂ ਦੇ ਅੰਦਰ ਤਾਂ ਤੁਹਾਨੂੰ ਕੋਈ ਪ੍ਰੋਜੈਕਟ ਲੈਣ ਦੀ ਕੋਈ ਖੁੱਲ੍ਹ ਨਹੀਂ ਮਿਲੂਗੀ, ਆਜ਼ਾਦੀ ਨਹੀਂ ਹੋਊਗੀ। ਤਾਂ ਉਸ ਤੋਂ ਬਾਅਦ ਜੋ ਹੋਰ ਇੱਕ ਹਮਲਾ ਜਿਹੜਾ ਯੂਨੀਵਰਸਿਟੀਆਂ ਦੇ ਅੰਦਰ, ਕਿ ਯੂਨੀਵਰਸਿਟੀਆਂ 'ਤੇ ਜਿਹੜਾ ਸੜਕਾਂ ਦਾ ਇੱਕ ਫਰਕ ਹੁੰਦਾ ਕਿ ਯੂਨੀਵਰਸਿਟੀਆਂ ਦੇ ਅੰਦਰ ਗੱਲ ਕਰਨ ਦੀ ਸਪੇਸ ਹੋਣੀ ਚਾਹੀਦੀ ਆ, ਸਪੇਸ ਇੱਕ ਕਿਸਮ ਤੱਕ ਦੀ ਰਹੀ ਵੀ ਆ ਹੁਣ ਤੱਕ ਯੂਨੀਵਰਸਿਟੀਆਂ ਦੇ ਅੰਦਰ, ਉਹਦੇ 'ਚ ਡਿਸਕਸ਼ਨਾਂ ਕਰਨੀਆਂ, ਕਿਸੇ ਵੀ ਵਿਸ਼ੇ ਦੇ ਉੱਤੇ ਕੋਈ ਵੀ ਬੰਦਾ ਆਪਦੀ ਖੁੱਲ੍ਹ ਨਾਲ ਮਾਣ ਨਾਲ ਗੱਲ ਰੱਖ ਸਕੇ, ਉਹ ਜਿਹੜੀ ਇੱਕ ਸਪੇਸ ਯੂਨੀਵਰਸਿਟੀਆਂ 'ਚ ਹੁਣ ਤੱਕ ਕਿਸੇ ਨਾ ਕਿਸੇ ਰੂਪ 'ਚ ਬਚੀ ਹੋਈ ਸੀ ਅਤੇ ਉਹਨੂੰ ਪੂਰੀ ਤਰ੍ਹਾਂ ਖਤਮ ਕਰਨ ਦੀ ਕੋਸ਼ਿਸ਼ ਚੱਲ ਰਹੀ ਆ। ਉਹ ਇੱਥੋਂ ਜਿਹੜੀ ਇਹਨਾਂ ਦੀ ਸਟੂਡੈਂਟ ਜਥੇਬੰਦੀ ਆ ABBP, ਉਹਦੇ ਰਾਹੀਂ ਜਦੋਂ ਵੀ ਕਿਤੇ ਇਹਨਾਂ ਦੇ ਵਿਚਾਰਧਾਰਾ ਦੇ ਉਲਟ ਕੋਈ ਗੱਲਬਾਤ ਕਰਦਾ, ਕੋਈ ਸੈਮੀਨਾਰ ਹੈ, ਕੋਈ ਬੋਲਣ ਵਾਲਾ ਬੁਲਾਰਾ ਆ ਰਿਹਾ ਗਾ, ਤਾਂ ਉਹਨਾਂ ਬੁਲਾਰਿਆਂ ਦੇ ਸੈਮੀਨਾਰਾਂ ਨੂੰ ਖਰਾਬ ਕਰਨਾ, ਉਹਨਾਂ ਦੇ ਵਿੱਚ ਆ ਕੇ ਰੌਲਾ ਰੱਪਾ ਪਾਉਣਾ, ਉਹਨੂੰ ਬੰਦ ਕਰਾਉਣ ਦੀ ਕੋਸ਼ਿਸ਼ਾਂ ਕਰਨੀਆਂ, ਜਾਂ ਬਹੁਤ ਥਾਂ ਇਹਨਾਂ ਨੂੰ ਬੰਦ ਕਰਵਾਏ ਵੀ ਨੇ ਕਿ ਜੋ ਮੁੱਦਾ ਇਹਨਾਂ ਨੂੰ ਨਹੀਂ ਪਸੰਦ ਹੈਗਾ ਇਹਨਾਂ ਦੀ ਰਾਜਨੀਤੀ ਤੋਂ ਉਲਟਾ, ਉਸ ਮੁੱਦੇ ਦੇ ਉੱਤੇ ਕੋਈ ਯੂਨੀਵਰਸਿਟੀਆਂ 'ਚ ਗੱਲ ਵੀ ਨਾ ਕਰੇ। ਤਾਂ ਇਹ ਇੱਕ ਕਿਉਂਕਿ ਇਹਨਾਂ ਦਾ ਆਪਦਾ ਜਿਹੜਾ ਹੈ ਤਰੀਕਾ ਕਿ ਗੱਲਬਾਤ ਤੋਂ ਬਹੁਤ ਭੱਜਦੇ ਨੇ, ਉਹਨਾਂ ਨੂੰ ਡਿਬੇਟ 'ਚ ਸੱਦੋ ਤਾਂ ਡਿਬੇਟ 'ਚ ਨਹੀਂ ਆਉਂਦੇ, ਤਾਂ ਇਹ ਜਿਹੜੀ ਦੂਜੀ ਗਾਂਹ ਵਧੂ ਵਿਚਾਰਧਾਰਾਵਾਂ ਨੇ ਉਹ ਜਦੋਂ ਯੂਨੀਵਰਸਿਟੀਆਂ ਦੇ ਅੰਦਰ ਗੱਲਬਾਤ ਜਾਂ ਵਿਦਿਆਰਥੀਆਂ ਨੂੰ ਇਹਦੇ 'ਚ ਇਨਵੋਲਵ ਕਰਨ ਦੀ ਇੱਕ ਕੋਸ਼ਿਸ਼ ਰਹਿੰਦੀ ਆ ਯੂਨੀਵਰਸਿਟੀਆਂ ਦੇ ਅੰਦਰ, ਉਹਦੇ 'ਤੇ ਹਮਲਾ ਇਹ ਵਾਰ ਵਾਰ ਕਰਦੇ ਨੇ, ਸੈਮੀਨਾਰਾਂ ਨੂੰ ਖਰਾਬ ਕਰਨਾ, ਡਿਸਕਸ਼ਨਾਂ ਨੂੰ ਖਰਾਬ ਕਰਨਾ, ਅਤੇ ਕੋਈ ਸਪੀਕਰ ਆ ਰਿਹਾ ਗਾ ਉਹਦੇ ਉੱਤੇ ਹਮਲਾ ਕਰਨਾ, ਇਸ ਪ੍ਰਕਾਰ ਦੇ ਜਿਹੜੇ ਐਕਸ਼ਨ ਨੇ ਇਹ ਯੂਨੀਵਰਸਿਟੀਆਂ ਦੇ ਅੰਦਰ ਲਗਾਤਾਰ ਕਰ ਰਹੇ ਨੇ ਇਹ। ਅਤੇ ਦੂਜੀ ਅਗਲੀ ਗੱਲ ਕਿ ਯੂਨੀਵਰਸਿਟੀਆਂ ਦੇ ਅੰਦਰ ਆਪਦੇ ਬੰਦੇ ਲਾਉਣੇ, ਉਹਦੇ 'ਚ ਵਾਈਸ ਚਾਂਸਲਰ ਦੀਆਂ ਪੋਸਟਾਂ ਤੋਂ ਲੈ ਕੇ ਡੀਨ ਦੀਆਂ ਪੋਸਟਾਂ ਡਿਪਾਰਟਮੈਂਟਾਂ ਦੇ, ਹਰ ਵੈਸੇ ਉਹ ਕਾਂਗਰਸ ਹੁੰਦੀ ਸੀ, ਕਾਂਗਰਸ ਵੀ ਆਪਦੇ ਬੰਦੇ ਫਿੱਟ ਕਰਦੀ ਆ, ਹਰੇਕ ਸਰਕਾਰ ਕਰਦੀ ਆ, ਪਰ ਉਵੇਂ ਉਸੇ ਘੜੀ ਦੇ ਅੰਦਰ ਜਦੋਂ RSS ਦਾ ਬੰਦਾ ਯੂਨੀਵਰਸਿਟੀ ਦੇ ਅੰਦਰ ਆਉਂਦਾ ਫਿੱਟ ਹੁੰਦਾ ਤਾਂ ਉਹ ਫਿਰ ਪੂਰੀ ਯੂਨੀਵਰਸਿਟੀ ਦਾ ਮਹੰਦਰਾ ਬਦਲ ਦੇਣੇ। ਇਹਦੀ ਜੋ ਸਾਫ਼ ਐਗਜ਼ਾਮਪਲ ਹੈ, ਜੋ ਇੱਕ ਉਦਾਹਰਣ ਆ, ਉਹ ਹੈ BHU ਬਨਾਰਸ ਹਿੰਦੂ ਯੂਨੀਵਰਸਿਟੀ। ਉੱਥੇ ਜਦੋਂ ਦਾ ਮੌਜੂਦਾ ਵਾਈਸ ਚਾਂਸਲਰ ਆਇਆ ਉਹ ਆਪਦੇ ਆਪ ਨੂੰ ਕਹਿੰਦਾ ਕਿ ਮੈਂ RSS ਦਾ ਪ੍ਰਚਾਰਕ ਹਾਂ ਅਤੇ ਇੱਥੇ RSS ਦੀ ਵਿਚਾਰਧਾਰਾ ਲਾਗੂ ਕਰੂੰਗਾ। ਤਾਂ ਉੱਥੇ ਪਿਛਲੇ ਦਿਨਾਂ 'ਚ ਆਪਾਂ ਕੁੜੀਆਂ ਦਾ ਪ੍ਰੋਟੈਸਟ ਵੀ ਦੇਖਿਆ ਸੀ ਵੱਡੇ ਪੱਧਰ ਦੇ ਉੱਤੇ ਕਿ ਛੇੜਛਾੜ ਦੇ ਮਾਮਲਿਆਂ ਨੂੰ ਲੈ ਕੇ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਬੇਸ਼ਰਮੀ ਤਰ੍ਹਾਂ, ਅਤੇ ਉਹਦੇ ਬਾਅਦ ਪ੍ਰੋਟੈਸਟ ਵੀ ਨਿਕਲਿਆ ਸੀ। ਤਾਂ ਉੱਥੇ ਸ਼ਰੇਆਮ ਆ ਕੇ ਜਿਹੜੀਆਂ ਪਛਾਣ ਖਿੱਚੂ ਕਦਰਾਂ ਕੀਮਤਾਂ ਨੇ ਉਹਦੇ 'ਚ ਕੁੜੀਆਂ ਦੇ ਕੱਪੜੇ ਪਹਿਨਣ ਤੱਕ ਉਹਦੇ 'ਤੇ ਪਾਬੰਦੀਆਂ ਲਾਉਣੀਆਂ, ਰਾਤ ਨੂੰ ਬਾਹਰ ਨਹੀਂ ਆ ਸਕਦੀਆਂ ਕੁੜੀਆਂ, ਲਾਇਬ੍ਰੇਰੀ ਤੱਕ ਨਹੀਂ ਰਾਤ ਨੂੰ ਖੁੱਲ੍ਹੀ ਜਾਂਦੀ, ਤਾਂ ਇਸ ਕਿਸਮ ਦੀਆਂ ਜਿਹੜੀਆਂ ਪਾਬੰਦੀਆਂ ਨੇ ਉਹ ਉਹਨਾਂ ਯੂਨੀਵਰਸਿਟੀਆਂ 'ਚ ਦੇਖਣ ਨੂੰ ਮਿਲ ਰਹੀਆਂ ਨੇ ਜਿੱਥੇ ਜਿੱਥੇ RSS ਦੇ ਬੰਦੇ ਹਾਵੀ ਹੋ ਰਹੇ ਨੇ ਪ੍ਰਸ਼ਾਸਨ ਦੇ ਤੌਰ। ਅਤੇ ਉਸ ਤੋਂ ਜਿਹੜਾ ਸਭ ਤੋਂ ਖਤਰਨਾਕ ਹੈ ਕਾਂਗਰਸ ਦੀ ਕੜੀ ਦੇ ਅੰਦਰ ਹੀ ਆ ਕਿ ਸਿੱਖਿਆ ਦਾ ਨਿੱਜੀਕਰਨ ਕਰਨਾ, ਅਤੇ ਉਹਦੇ ਵਿੱਚ ਯੂਨੀਵਰਸਿਟੀਆਂ ਨੂੰ ਫੰਡ ਰੋਕ ਲੈਣੇ, ਅਤੇ ਫੰਡ ਰੋਕ ਕੇ ਬਲੈਕਮੇਲ ਕਰਨਾ ਕਿ ਫੀ ਹਾਈਕ ਕਰੋ, ਫੀਸਾਂ 'ਚ ਵਾਧਾ ਕਰੋ ਤਾਂ ਅਸੀਂ ਅਗਲੀ ਗ੍ਰਾਂਟ ਦੇਵਾਂਗੇ, ਅਤੇ ਗ੍ਰਾਂਟ ਦੇ ਵਿੱਚ ਲਗਾਤਾਰ ਕਟੌਤੀ ਕਰਨੀ, ਅਤੇ ਇਹ ਸਿਲਸਿਲਾ ਲਗਾਤਾਰ ਚੱਲ ਰਿਹਾ। ਯੂਨੀਵਰਸਿਟੀਆਂ ਦੇ ਅੰਦਰ ਹੋਸਟਲਾਂ ਲਈ ਕੋਈ ਗ੍ਰਾਂਟਾਂ ਨਹੀਂ ਆ ਰਹੀਆਂ, ਅਤੇ ਜਿਹੜੇ ਯੂਨੀਵਰਸਿਟੀ ਦੇ ਅੰਦਰ ਸੈਲਫ ਫਾਈਨਾਂਸ ਦੇ ਕੋਰਸ ਨੇ ਉਹ ਪਹਿਲੇ ਕਾਫੀ ਲੰਬੇ ਟਾਈਮ ਤੋਂ ਖੁੱਲ੍ਹ ਰਹੇ ਨੇ, ਅਤੇ ਇਹਦੇ 'ਚ ਆਉਣ ਤੋਂ ਬਾਅਦ ਲਗਾਤਾਰ ਵਾਧਾ ਹੋ ਰਿਹਾ ਗਾ। ਅਤੇ ਮਤਲਬ ਦੋ ਤਰ੍ਹਾਂ ਦੇ ਹਮਲੇ ਨੇ ਆਪਾਂ ਜੇ ਮੋਟੇ ਰੂਪ 'ਚ ਗੱਲ ਕਰੀਏ, ਅਤੇ ਇੱਕ ਤਾਂ ਕਿ ਨਿੱਜੀਕਰਨ ਦੇ ਨਾਂ ਦੇ ਉੱਤੇ ਫੀਸਾਂ 'ਚ ਵਾਧੇ ਦਾ ਜਿਹਦੇ 'ਤੇ ਸਾਡੇ 'ਤੇ ਅਸਰ ਪੈਂਦਾ, ਦੂਜੇ ਰੂਪ ਦੇ ਅੰਦਰ ਵਿਚਾਰਧਾਰਕ ਤੌਰ 'ਤੇ ਜਿਹੜੀ RSS ਦੀ ਘਟੀਆ ਪਛਾਣ ਖਿੱਚੂ ਵਿਚਾਰਧਾਰਾ ਉਹਨੂੰ ਯੂਨੀਵਰਸਿਟੀਆਂ ਦੇ ਵਿੱਚ ਲਾਗੂ ਕਰਨ ਨਾਲ ਥੋਪਣਾ, ਉੱਥੇ ਜਿਹੜੀ ਇੱਕ ਗੱਲਬਾਤ ਕਰਨ ਦੀ, ਇੱਕ ਵਿਚਾਰਧਾਰਕ ਡਿਸਕਸ਼ਨਾਂ ਕਰਨ ਦੀ ਜਿਹੜੀ ਇੱਕ ਸਪੇਸ ਯੂਨੀਵਰਸਿਟੀ ਦੇ ਵਿੱਚ ਮੌਜੂਦ ਰਹਿੰਦੀ ਆ ਉਹਨੂੰ ਖਤਮ ਕਰਦੇ ਹੋਏ ਇੱਕੋ ਸੰਸਕ੍ਰਿਤੀ ਦੇ ਨਾਂ ਦੇ ਉੱਤੇ ਇੱਕੋ ਵਿਚਾਰਧਾਰਾ RSS ਦੀ ਵਿਚਾਰਧਾਰਾ ਨੂੰ ਥੋਪਣ ਦੀ ਕੋਸ਼ਿਸ਼ ਕਰਦੀ। ਇਸ ਤਰ੍ਹਾਂ ਯੂਨੀਵਰਸਿਟੀਆਂ ਅਤੇ ਸਿੱਖਿਆ ਦੇ ਅੰਦਰ ਇਹ ਵੱਡੇ ਪੱਧਰ 'ਤੇ ਹਮਲੇ ਹੋ ਰਹੇ ਨੇ, ਜਿਹਦੇ ਉਲਟ ਇਹਨੂੰ ਸਮਝਣਾ ਅਤੇ ਇਹਦੇ ਉਲਟ ਖੜ੍ਹੇ ਹੋਣਾ ਇੱਕ ਲਾਜ਼ਮੀ ਬਣ ਰਿਹਾ। ਅਤੇ ਪੰਜਾਬ ਯੂਨੀਵਰਸਿਟੀ ਦੇ ਅੰਦਰ ਪਿਛਲੇ ਲੰਮੇ ਸਮੇਂ ਤੋਂ ਹੈ ਕਿ ਸੈਂਟਰ ਗੌਰਮੈਂਟ 2014 ਤੋਂ ਜਦੋਂ ਦੀ ਆਈ ਆ ਕਿ ਉਹ ਗ੍ਰਾਂਟ ਰੋਕਦੀ ਹੈ UGC ਦੇ ਥਰੂ, ਕਿ ਗ੍ਰਾਂਟ ਰੋਕ ਕੇ ਕਿਹਾ ਜਾਂਦਾ ਕਿ ਫੀ ਹਾਈਕ ਕਰੋ, ਅਤੇ ਉਹ ਫੀ ਹਾਈਕ ਦੇ ਚੱਲਦੇ ਹੋਏ ਇਸ ਯੂਨੀਵਰਸਿਟੀ ਵੀ ਜਿਹੜਾ ਪ੍ਰਸ਼ਾਸਨ ਆ
ਤੇ ਉਹਦੇ ਦਬਾਅ ਹੇਠ ਆ ਕੇ ਫੀ ਹਾਈਕ ਕਰ ਰਿਹਾ ਲਗਾਤਾਰ, ਤਾਂ ਯੂਨੀਵਰਸਿਟੀ ਦੇ ਅੰਦਰ ਲਗਾਤਾਰ ਫੀ ਹਾਈਕ ਹੋ ਰਹੇ ਨੇ 4 ਸਾਲਾਂ ਤੋਂ, ਅਤੇ ਉਹਦੇ ਬਦਲੇ 'ਚ ਲਗਾਤਾਰ ਪ੍ਰੋਟੈਸਟ ਵੀ ਹੋ ਰਹੇ ਨੇ। ਪਿਛਲੇ ਸਾਲ ਵੀ ਅਪ੍ਰੈਲ ਦੇ ਅੰਦਰ ਬੜਾ ਪ੍ਰੋਟੈਸਟ ਹੋਇਆ ਅਤੇ ਪੁਲਿਸ ਦੁਆਰਾ ਦਬਾਉਣ ਦੀ ਕੋਸ਼ਿਸ਼ ਵੀ ਕਰੀ ਗਈ, ਅਤੇ ਪਰ ਸਟੂਡੈਂਟਾਂ ਵੱਲੋਂ ਦੁਬਾਰਾ ਉਸ ਪੁਲਿਸ ਦੇ ਅੱਤਿਆਚਾਰ ਦਾ ਜਵਾਬ ਦਿੱਤਾ ਗਿਆ, ਅਤੇ ਇੱਕ ਬੜਾ ਘਟਨਾਕ੍ਰਮ ਹੋਇਆ, ਅਤੇ ਜਿਹਦੇ ਚੱਲਦੇ ਹੋਏ ਫੀ ਹਾਈਕ ਸਟੂਡੈਂਟ ਵਾਪਸ ਕਰਾਉਣ 'ਚ ਕਾਮਯਾਬ ਹੋਏ, ਅਤੇ ਸਟੂਡੈਂਟਾਂ ਦੇ ਉੱਤੇ ਪਰਚੇ ਦਰਜ ਕਰਨੇ, ਮਤਲਬ ਇੱਥੋਂ ਦੀ ਉਹ BJP ਸਰਕਾਰ ਦੀ ਦਖਲਨਾਜ਼ੀ ਸੀ ਕਿ ਉਸ ਧਰਨੇ ਤੋਂ ਬਾਅਦ ਸਟੂਡੈਂਟਾਂ ਦੇ ਉੱਤੇ ਦੇਸ਼ ਧਰੋਹ ਦੇ ਪਰਚਾ ਕਰਵਾਇਆ ਗਿਆ, ਅਤੇ ਉਹ BJP ਦੇ ਇਸ਼ਾਰਿਆਂ ਦੇ ਉਹ ਪਰਚਾ ਹੋਇਆ। ਅਤੇ ਇਸ ਤਰ੍ਹਾਂ ਇਸ ਯੂਨੀਵਰਸਿਟੀ ਦੇ ਅੰਦਰ ਮਾਰਚ 2017 ਦੇ ਅੰਦਰ ਇੱਕ ਕਾਨਫਰੰਸ ਨੂੰ ਲੈ ਕੇ ABBP ਵੱਲੋਂ RSS ਵੱਲੋਂ ਉਹਨੂੰ ਬੰਦ ਕਰਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਸੀਮਾ ਆਜ਼ਾਦ ਨੇ ਉਸ ਦੇ ਵਿੱਚ ਬੋਲਣ ਆਉਣਾ ਸੀ, ਜੋ ਇੱਕ ਮੈਗਜ਼ੀਨ ਦੇ ਸੰਪਾਦਕ ਨੇ, ਕਿ ਉਹਨੂੰ ਨੈਕਸਲਾਈਟ ਕਹਿ ਕੇ ਕਿ ਇੱਥੇ ਬੋਲਣ ਦੀ ਉਹਨੂੰ ਮਿਲ ਨਹੀਂ ਸਕਦੀ ਪਰਮਿਸ਼ਨ, ਅਤੇ ਉਹਦਾ ਸੈਮੀਨਾਰ ਬੰਦ ਕਰਵਾਇਆ ਗਿਆ ਅਤੇ ਉਸਨੂੰ ਬੰਦ ਕਰਾਉਣ ਦੀ ਕੋਸ਼ਿਸ਼ ਕੀਤੀ ਗਈ, ਅਤੇ ਬੜੇ ਪੱਧਰ 'ਤੇ ਪੁਲਿਸ ਦੇ ਨਾਲ ਉਹਨੂੰ ਗ੍ਰਿਫਤਾਰ ਕਰਨ ਦੀ, ਪੂਰੀ ਤਰ੍ਹਾਂ ਨੂੰ ਬੰਦ ਕਰਨ ਦੀ ਕੋਸ਼ਿਸ਼ ਕੀਤੀ ਗਈ। ਮਤਲਬ ਇਹ ਹਮਲੇ ਪਿਛਲੇ ਹਫ਼ਤੇ ਦੀ ਇੱਕ ਘਟਨਾ ਹੈ ਕਿ ਇਸ ਯੂਨੀਵਰਸਿਟੀ ਦੇ ਸੋਸ਼ੋਲੋਜੀ ਡਿਪਾਰਟਮੈਂਟ ਦੇ ਅੰਦਰ ਅਤੇ ਪੂਰਵਾਨੰਦ ਸਪੀਕਰ ਆਏ ਹੋਏ ਸੀ, ਗਾਂਧੀ ਦੇ ਉੱਤੇ ਲੈਕਚਰ ਸੀਗਾ, ਮਹਾਤਮਾ ਗਾਂਧੀ ਦੇ ਉੱਤੇ ਲਾਸਟ ਬੈਟਲ ਆਫ ਗਾਂਧੀ, ਅਤੇ ਜਿਹਦੇ ਨੂੰ ਰੋਕਣ ਲਈ ABP ਵਾਲੇ ਉੱਥੇ ਆਏ ਅਤੇ ਉਹਨਾਂ ਨੇ ਰੌਲਾ ਰੱਪਾ ਪਾਇਆ ਅਤੇ ਇਹਨੂੰ ਬੰਦ ਕਰਾਉਣ ਦੀ ਕੋਸ਼ਿਸ਼ ਕੀਤੀ ਗਈ। ਪਰ ਅਜੇ ਤੱਕ ਇਸ ਯੂਨੀਵਰਸਿਟੀ ਦੀ ਇੱਕ ਖਾਸ ਗੱਲ ਰਹੀ ਹੈ ਕਿ ਇੱਥੇ ਸਟੂਡੈਂਟਾਂ ਨੇ ABBP ਦੀ ਇਸ ਤਰ੍ਹਾਂ ਦੀ ਗੁੰਡਾਗਰਦੀ ਦਾ ਮੂੰਹ ਤੋੜਵਾਂ ਜਵਾਬ ਦਿੱਤਾ, ਅਤੇ ਫੀ ਹਾਈਕ ਦੇ ਉਲਟ ਵੀ ਇੱਥੋਂ ਦੇ ਸਟੂਡੈਂਟ ਲੜ ਰਹੇ ਨੇ, ਅਤੇ ਫੀ ਹਾਈਕ ਦੇ ਵਰਤਾਰੇ ਨੂੰ ਠੱਲ ਪਾਉਣ 'ਚ, ਰੋਕਣ 'ਚ ਤਾਂ ਨਹੀਂ ਕਹਿ ਸਕਦੇ, ਠੱਲ ਪਾਉਣ 'ਚ ਕਾਮਯਾਬੀ ਕਿਸੇ ਨਾ ਕਿਸੇ ਹੱਦ ਤੱਕ ਇੱਥੇ ਮਿਲ ਰਹੀ ਆ, ਅਤੇ ABBP ਦੀ ਗੁੰਡਾਗਰਦੀ ਦਾ ਵੀ ਮੂੰਹ ਤੋੜਵਾਂ ਜਵਾਬ ਇਸ ਯੂਨੀਵਰਸਿਟੀ ਦੇ ਅੰਦਰ ਸਟੂਡੈਂਟ ਦੇ ਰਹੇ ਨੇ। ਪਰ ਆਉਣ ਵਾਲੇ ਦਿਨਾਂ ਦੇ ਅੰਦਰ ਘਟਨਾਕ੍ਰਮ ਇਸ ਤਰ੍ਹਾਂ ਦੇ ਹੋਰ ਤੇਜ਼ੀ ਨਾਲ ਵਧਣ ਦੀਆਂ ਸੰਭਾਵਨਾਵਾਂ ਨੇ, ਕਿਉਂਕਿ ਜੁਲਾਈ ਦੇ ਅੰਦਰ ਵਾਈਸ ਚਾਂਸਲਰ ਦਾ ਜੋ ਟਾਈਮ ਪੀਰੀਅਡ ਆ ਮੌਜੂਦਾ ਉਹ ਖਤਮ ਹੋ ਰਿਹਾ, ਅਤੇ ਇਹੀ ਮਤਲਬ ਹੁਣ ਅਨੁਮਾਨ ਲਗਾਇਆ ਜਾ ਰਿਹਾ ਕਿ RSS ਦਾ ਬੰਦਾ ਆਏਗਾ ਸਿੱਧਾ। ਅਤੇ ਉਸ ਤੋਂ ਬਾਅਦ ਇਸ ਯੂਨੀਵਰਸਿਟੀ ਦੇ ਅੰਦਰ ਵੀ RSS ਦਾ ਅਤੇ BJP ਦਾ ਹਮਲਾ ਹੋਰ ਤੇਜ਼ੀ ਨਾਲ ਵਧੂਗਾ, ਅਤੇ ਫੀ ਹਾਈਕ ਦੇ ਰੂਪ ਦੇ ਵਿੱਚ ਤਾਂ ਵੱਧ ਹੀ ਰਿਹਾ ਗਾ, ਅਤੇ ਨਾਲ ਦੇ ਨਾਲ ਵਿਚਾਰਧਾਰਕ ਜਿਹੜੀਆਂ ਅਟੈਕ ਆ ਉਹ ਵੀ ਲਗਾਤਾਰ ਹੋਰ ਵਧਣ ਦੀਆਂ ਸੰਭਾਵਨਾਵਾਂ। ਅੱਜ ਦੀ ਤਰੀਕ ਦੇ ਅੰਦਰ ਵੀ ਇਸ ਯੂਨੀਵਰਸਿਟੀ ਦੇ ਅੰਦਰ ਵੀ ਤੁਹਾਨੂੰ ਜਿਹੜੇ ਇਹਨਾਂ ਦੀ ਵਿਚਾਰਧਾਰਾ ਨਾਲ ਜੁੜਵੇਂ ਮੁੱਦੇ ਨੇ ਉਹਦੇ 'ਤੇ ਰਿਸਰਚ ਕਰਨ ਦੇ, ਉਹਦੇ 'ਤੇ ਸੈਮੀਨਾਰ ਕਰਾਉਣ 'ਤੇ, ਉਹਦੇ 'ਤੇ ਤੁਹਾਨੂੰ ਕੋਈ ਸਰਵੇ ਕਰਨਾ, ਤੁਹਾਨੂੰ ਪੂਰੀ ਖੁੱਲ੍ਹ ਮਿਲੂਗੀ ਡਿਪਾਰਟਮੈਂਟਾਂ ਦੇ ਅੰਦਰ। ਪਰ ਆਪਦੀ ਮਰਜ਼ੀ ਨਾਲ ਕੋਈ ਰਿਸਰਚ ਵਿਸ਼ਾ ਚੁਣਨਾ, ਉਹਦੇ ਅੰਦਰ ਇੱਥੋਂ ਦੇ ਵੀ ਇੱਕ ਜਿਹੜੇ ਵਿਭਾਗਾਂ ਦੇ ਅੰਦਰ ਜਿਹੜੀ ਫੈਕਲਟੀ ਆ ਉਹ ਕਿੰਤੂ ਪ੍ਰੰਤੂ ਕਰਦੀ ਨਜ਼ਰ ਆਊਗੀ, ਤਾਂ ਉਹ ਫੈਕਲਟੀ ਦੇ ਉੱਤੇ ਇੱਕ ਕਿਸਮ ਦਾ ਪ੍ਰਭਾਵ, ਇੱਕ ਦਬਾਅ ਤੋਂ ਇੱਥੇ ਨਜ਼ਰ ਆਉਂਦਾ ਗਾ, ਨਜ਼ਰ ਆਉਣ ਲੱਗਿਆ ਹੋਇਆ, ਅਤੇ ਆਉਣ ਵਾਲੇ ਦਿਨਾਂ 'ਚ ਹੋਰ ਵਧੂਗਾ। ਅਤੇ ਇੱਥੇ ਵੀ ਉਸ ਤਰ੍ਹਾਂ ਦਾ ਜਿਹੜਾ ਵਿਰੋਧ ਆ ਉਹਨਾਂ ਦੀ ਵਿਚਾਰਧਾਰਕ ਹਮਲੇ ਦੇ ਵਿਰੋਧ 'ਚ ਵੀ ਅਤੇ ਨਿੱਜੀਕਰਨ ਦੇ ਵਿਰੋਧ ਦੇ ਵਿੱਚ ਵੀ ਉਹਦਾ ਮੂੰਹ ਤੋੜਵਾਂ ਜਵਾਬ ਦੇਣ ਦੀ ਲੋੜ ਹੈ। ਧੰਨਵਾਦ।